ਜਰ ਰਫਤਾਰ ਦੇ ਦੀਵਾਨਿਆਂ ਨੂੰ ਇੱਕ ਵਾਰ ਫਿਰ ਹਿਮਾਲਿਆ ਨੂੰ ਡੀਸੀ 2011 ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ। ਪਰ ਇਸ ਵਾਰ ਰੈਲੀ ਕੁਝ ਖਾਸ ਹੈ ਕਿਉਂਕਿ ਇਸ ਵਾਰ ਇਸ ਰੈਲੀ 'ਚ ਮੇਲ ਬਾਈਕਰਸ ਦੇ ਨਾਲ ਨਾਲ ਕੁੜੀਆਂ ਵੀ ਹਿੱਸਾ ਲੈ ਸਕਣਗੀਆਂ, ਜਿਨ੍ਹਾਂ ਦਾ ਕਹਿਣਾ ਹੈ ਕਿ ਬਾਈਕ ਰਾਈਡਿੰਗ ਉਹਨਾਂ ਨੂੰ ਬੇਹੱਦ ਪਸੰਦ ਹੈ ਅਤੇ ਇਸ ਦੇ ਨਾਲ ਹੀ ਉਹ ਇਹ ਸਾਬਿਤ ਕਰਨਾ ਚਾਹੁੰਦੀਆਂ ਨੇ ਕਿ ਉਹ ਆਪਣੀ ਕਾਬਲੀਅਤ ਵਿੱਚ ਕਿਸੇ ਵੀ ਪੱਖੋਂ ਮਰਦਾਂ ਨਾਲੋਂ ਘੱਟ ਨਹੀਂ। ਪਿਛਲੇ 8 ਸਾਲਾਂ ਤੋਂ ਹੋ ਰਹੀ ਇਸ ਹਿਮਾਲਿਅਨ ਓਡੀਸੀ ਦੇ ਇਸ ਵਾਰ ਦੇ ਐਡੀਸ਼ਨ ਦੇ ਵਿੱਚ ਕਾਫੀ ਕੁਝ ਬਦਲਾਵ ਕੀਤੇ ਗਏ ਨੇ। ਐਡਵੈਂਚਰਸ ਰਾਈਡਸ ਦੇ ਉਸ ਸਫ਼ਰ ਦੇ ਵਿੱਚ ਦੇਸ਼ੀ ਵਿਦੇਸ਼ੀ ਰਾਈਡਰਸ ਹਿੱਸਾ ਲੈ ਰਹੇ ਨੇ। ਬੀਤੇ ਦਿਨ ਤੋਂ ਦਿੱਲੀ ਤੋਂ ਸ਼ੁਰੂ ਹੋਈ ਇਹ ਰੈਲੀ ਅੱਜ ਚੰਡੀਗੜ੍ਹ ਤੋਂ ਰਵਾਨਾ ਹੋਈ, ਜਿੱਥੇ 2500 ਕਿਲੋਮੀਟਰ ਦਾ ਸਫ਼ਰ ਪੂਰਾ ਕਰਕੇ ਇਹ ਜਥਾ ਮੁੜ 10 ਜੁਲਾਈ ਨੂੰ ਪਰਤੇਗਾ ਦਿੱਲੀ। ਵੱਖ ਵੱਖ ਤਰ੍ਹਾਂ ਦੀ ਜ਼ਿੰਦਗੀ ਦੇ ਅਨੁਭਵਾਂ ਨੂੰ ਸਾਂਝਾ ਕਰਨ ਦੇ ਨਾਲ ਨਾਲ ਇਹ ਬਾਈਕਰਸ ਚੱਲ ਪਏ ਨੇ ਹੁਣ ਆਪਣੀਆਂ ਮੰਜ਼ਿਲਾਂ ਨੂੰ। ਇਸ ਪਹਾੜੀ ਸਫ਼ਰ ਨੂੰ ਤੈਅ ਕਰਨ ਵਾਲੇ ਰਫ ਐਂਡ ਟਫ ਬਾਈਕਰਸ ਦੇ ਵਿੱਚ ਦੋ ਕੁੜੀਆਂ ਵੀ ਸ਼ਾਮਿਲ ਨੇ। ਕੈਲੀਫੋਰਨੀਆ ਤੋਂ ਆਈ ਕੈਟਰੀਨਾ ਆਪਣੇ ਰਾਈਡਿੰਗ ਐਕਸਪੀਰੀਅੰਸ ਨੂੰ ਸਾਂਝਾ ਕਰਦੇ ਹੋਏ ਦੱਸਦੀ ਹੈ ਕਿ ਉਹ ਅਜਿਹੀਆਂ ਰਾਈਡਸ ਨੂੰ ਇੰਜੋਏ ਕਰਦੀ ਹੈ ਤੇ ਰਾਇਲ ਐਨਫੀਲਡ ਦੇ ਨਾਲ ਉਸਦੀ ਇਹ ਪਹਿਲੀ ਰੈਲੀ ਹੈ ਜਿਸ ਦੇ ਵਿੱਚ ਉਹ ਹਿੱਸਾ ਲੈਣ ਦੇ ਲਈ ਪਹੁੰਚੀ ਹੈ ਚੰਡੀਗੜ੍ਹ। Nicely and adventurous and it's about bikes. Nali duji rider hai Ila. AV is adventurous ride da hissa banayi hai. Apne aap nu group de baki males riders de vaangi samjhan wali Ila Chennai to hai jo is 2500 km de romanchak safar de vich hissa levegi. काफी सालों से राइड कर रही हूँ, मैंने 14 साल की से बाइकिंग चालू कर दिया था और लास्ट 3 साल से मैं काफी रैलीज में जा रही हूँ। इंटरनेशनल राइडर के साथ राइड करना मतलब ड्रीम होता है और एक लेडी हो और साथ में हो तो बहुत अच्छी बात होती है। सड़क पे चलते लोग जरूर देखते हैं पर जो ग्रुप वाले लोग हैं वो बिल्कुल ऐसा समझते हैं कि हाँ एक और लड़का है इसको चलने दो। एक समय दे विच सिर्फ मर्दा तक ही सीमित बाइक राइडिंग उन औरतों के जहन दे विच ही शुमार होती जा रही है। औरतें भी इस विच अपनी दावेदारी साबित कर रही ने। इसका अंदाजा इस गल तो लगाया जा सकता है कि 72 राइडर्स दे विचों सिर्फ दो कुड़ियां इस रैली का हिस्सा बनने जा रही ने, क्योंकि इन्होंने दिलों के कुछ कर गुजरन का हौसला ते जिंदगी दे विच मर्दां दे बराबर खड़े होने का जज्बा। न्यूज़ एक्सो हरजिंदर मांगड़ दे नाल शिखा दूरिया, पीटीसी न्यूज़ चंडीगढ़।